पवन गुरु पाणी पिता माता तरत महत। ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਸਾਲ ਕੁ ਪੁਰਾਣੀ ਕਹਾਣੀ ਹੈ ਜਿੱਥੋਂ ਦੇ ਵਾਸੀ ਸਿਹਤ ਸਮੱਸਿਆਵਾਂ ਵਿਗੜ ਰਹੇ ਵਾਤਾਵਰਨ ਤੇ ਖੇਤੀ ਦਰਪੇਸ਼ ਚੁਣੌਤੀਆਂ ਨੂੰ ਸੰਕਟ ਮੰਨਦੀ ਸੀ। ਉਹਨਾਂ ਲਈ ਇਹ ਇੱਕ ਸੰਕਟ ਦੀ ਘੜੀ ਸੀ। ਸੰਕਟ ਦਾ ਕਾਰਨ ਕੀ ਸੀ ਕਿ ਉਹਨਾਂ ਇਸ ਸੰਕਟ ਨੂੰ ਹੱਲ ਕਰ ਲਿਆ? ਕਾਰਨ ਹੱਲ ਕਾਰਨ ਇਹ ਸੀ ਕਿ ਉੱਥੋਂ ਦੇ ਕੁਝ ਲੋਕ ਸ਼ਬਦ ਤੋਂ ਬੇਮੁਖ ਹੋ ਰਹੇ ਸਨ। ਉਹ ਭਲੇ ਲੋਕ ਵਿਸਾਰ ਗਏ ਸਨ ਕਿ ਪਵਨ ਹੀ ਗੁਰੂ ਹੈ, ਪਾਣੀ ਪਿਤਾ ਸਮਾਨ ਹੈ ਤੇ ਧਰਤੀ ਮਾਂ ਦਾ ਰੂਪ ਹੈ। ਫਿਰ ਉਸ ਪਿੰਡ ਦੇ ਸਿਰੜੀ ਨੌਜਵਾਨਾਂ ਨੇ ਆਪਣੇ ਪੱਲੇ ਇਹ ਗੱਲ ਬੰਨ ਲਈ ਕਿ ਪਰਾਲੀ ਨੂੰ ਤੀਲੀ ਲਾਉਣਾ ਆਪਣੇ ਭਵਿੱਖ ਨੂੰ ਤੀਲੀ ਲਾਉਣਾ ਹੈ। ਜਦੋਂ ਉਹਨਾਂ ਪੌਣਾ 'ਚ ਜ਼ਹਿਰ ਘੋਲਣਾ ਬੰਦ ਕਰ ਦਿੱਤਾ ਤਾਂ ਨਵੀਂ ਸਵੇਰ ਦਾ ਫੁਟਾਰਾ ਹੋਇਆ। ਜਵਾਨੋ, ਆਪਾਂ ਇਸ ਸੰਕਟ ਦਾ ਹੱਲ ਲੱਭਣਾ ਤੇ ਪਰਾਲੀ ਦਾ ਪ੍ਰਬੰਧ ਕਰਨਾ। ਅਸੀਂ ਨਾ ਪਰਾਲੀ ਨੂੰ ਅੱਗ ਲਾਉਣੀ ਆ ਤੇ ਨਾ ਲਾਉਣ ਦੇਣੀ ਆ। ਜੇ ਅੱਗ ਨਹੀਂ ਲਾਉਣੀ ਤਾਂ ਇਸ ਪਰਾਲ ਨੂੰ ਪਹਾੜ ਬਣਾਉਣਾ? ਹਾਂ, ਮੱਥਾ ਲਾਉਣਾ ਇਸ ਪਹਾੜ ਦਾ ਤੇ ਇਸ ਪਿੰਡ ਦੀਆਂ ਸਮੱਸਿਆਵਾਂ ਨਾਲ। ਕਰਨਾ ਕੀ ਹੈ ਫਿਰ ਇਹਦਾ? ਕਰਨਾ, ਪਰਾਲੀ ਨੂੰ ਜ਼ਮੀਨ 'ਚ ਦੱਬਾਂਗੇ ਮਸ਼ੀਨਾਂ ਨਾਲ ਤੇ ਬਿਜਾਈ ਕਰਾਂਗੇ ਹੈਪੀ ਸੀਡਰ ਨਾਲ। ਅਸੀਂ ਵੀ ਤੇਰੇ ਨਾਲ ਆ। ਝੋਨੇ ਦੇ ਵੱਡ ਕਣਕ ਬੀਜ ਦਾ ਹੈਪੀ ਸੀਡਰ ਸੋਹਣੀ। ਝੋਨੇ ਦੇ ਵੱਡ ਕਣਕ ਬੀਜ ਦਾ ਹੈਪੀ ਸੀਡਰ ਸੋਹਣੀ। ਅੱਗ ਲਾਉਣੋਂ ਤੂੰ ਹਟ ਜਾ ਸੋਹਣਿਆ, ਕਿਉਂ ਕਰ ਦੇਣ ਹੋਣੀ ਤੂੰ, ਕਿਉਂ ਕਰ ਦੇਣ ਹੋਣੀ। ਜੋ ਦੱਸਣ ਵਿਗਿਆਨੀ, ਜੋ ਦੱਸਣ ਵਿਗਿਆਨੀ, ਵੰਡ ਦੇ ਗਿਆਨ ਤੂੰ ਹਾਲੀ ਪਾਲੀ। ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ, ਰੋਕ ਲੈ ਤੀਲੀ ਵਾਲੀ ਨੂੰ, ਰੋਕ ਲੈ ਤੀਲੀ ਵਾਲੀ। ਪੌਣਾ ਦੇ ਵਿੱਚ ਜ਼ਹਿਰ ਘੋਲਣਾ। ਉਹ ਬਾਪੂ ਫੇਰ ਚੱਲਿਆ ਪਰਾਲੀ ਸਾੜਨ? ਉਹ ਕਾਕਾ, ਪਰਾਲੀ ਸਾਂਭਣ ਲਈ ਮਜ਼ਦੂਰੀ ਤੇ ਖਰਚਾ ਪਤਾ ਕਿੰਨਾ ਆਉਂਦਾ? ਉਹ ਜਿੱਥੋਂ ਦੋ ਪੈਸੇ ਬਚਦੇ ਆ ਉੱਥੋਂ ਤਾਂ ਬਚਾਈਏ। ਪਰ ਬਾਪੂ ਜੀ, ਦੋ ਪੈਸੇ ਬਚਾਉਣ ਦੀ ਖਾਤਰ 100 ਰੁਪਏ ਦਾ ਨੁਕਸਾਨ ਕਰਾ ਲੈਣਾ, ਇਹ ਕਿੱਥੋਂ ਦੀ ਸਿਆਣਪ ਹੈ? ਖਜ਼ਾਨੇ ਦਾ ਭੰਡਾਰ ਹੈ ਪਰਾਲ। ਬਈ ਉਹ ਕਿਵੇਂ? ਇਸ ਪਰਾਲ ਦੇ ਵਿੱਚ ਫਾਸਫੋਰਸ, ਗੰਧਕ, ਨਾਈਟ੍ਰੋਜਨ ਤੇ ਪੋਟਾਸ਼ ਵਰਗੇ ਜ਼ਰੂਰੀ ਤੱਤ ਰਹਿ ਜਾਂਦੇ ਆ, ਜਿਨ੍ਹਾਂ ਦੀ ਪੂਰਤੀ ਲਈ ਬਾਅਦ 'ਚ ਆਪਾਂ ਖਾਦਾਂ ਤੇ ਖਾਦਾਂ ਸਿੱਟੀ ਜਾਂਦੇ ਆ। ਉਹ ਪਰ ਇਸ ਲਈ ਝਾੜ ਵੀ ਤਾਂ ਘੱਟਦਾ ਹੋਣਾ ਪੁੱਤਰਾ। ਝਾੜ ਘੱਟਦਾ ਨੀ ਬਾਪੂ ਜੀ, 10% ਵਾਧਾ ਹੈ ਤੇ ਨਾਲੇ ਖਰਚਾ ਵੀ ਘੱਟਦਾ ਹੈ। ਆਹੋ, ਕੱਖ ਪਰਾਲ ਜ਼ਮੀਨ ਦੀ ਪੂੰਜੀ ਵਿੱਚੇ ਵਾ ਕਿਰਸਾਨਾ, ਕੱਖ ਪਰਾਲ ਜ਼ਮੀਨ ਦੀ ਪੂੰਜੀ ਵਿੱਚੇ ਵਾ ਕਿਰਸਾਨਾ। ਤੱਤ ਉਪਜਾਊ ਫੂਕਣ ਲੋਕੀ, ਆ ਗਿਆ ਬੁਰਾ ਜ਼ਮਾਨਾ ਵੇ, ਆ ਗਿਆ ਬੁਰਾ ਜ਼ਮਾਨਾ। ਸੂਰਮਿਆਂ ਤੂੰ ਹਿੰਮਤ ਕਰਕੇ, ਸੂਰਮਿਆਂ ਤੂੰ ਹਿੰਮਤ ਕਰਕੇ, ਰੋਕ ਹਨੇਰੀ ਕਾਲੀ ਨੂੰ, ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ, ਰੋਕ ਲੈ ਤੀਲੀ ਵਾਲੀ ਨੂੰ, ਰੋਕ ਲੈ ਤੀਲੀ ਵਾਲੀ ਨੂੰ। ਪੌਣਾ ਦੇ ਵਿੱਚ ਜ਼ਹਿਰ ਘੋਲਣਾ। ਲੈ ਵੀ ਕਰਤਾਰ ਸਿਆਂ, ਜਵਾਕ ਤਾਂ ਅੱਗੇ ਨਾਲੋਂ ਰਾਜ਼ੀ ਆ, ਹੁਣ ਏਦਾਂ ਹੀ ਭਾਫ ਕੱਲ ਵੀ ਦੇਣੀ ਆ। ਪਰ ਇਹਦੇ ਢਿੱਲੇ ਹੋਣ ਦਾ ਕਾਰਨ ਕੀ ਸੀ? ਹੇ ਵਾਹਿਗੁਰੂ, ਇਹ ਕਸ਼ਟ ਜਵਾਕਾਂ ਤੇ ਨਹੀਂ ਮਾਪਿਆਂ ਤੇ ਆਇਆ ਕਰੇ। ਅਜਿਹੇ ਕਸ਼ ਨੂੰ ਤੂੰ ਹੀ ਤਾਂ ਵੈਲਕਮ ਕਰਦਾ। ਮੈਂ ਕੀ ਕੀਤਾ? ਤੇਰੇ ਖੇਤਾਂ ਵਿੱਚੋਂ ਧੂੰਆਂ ਨਿਕਲਦਾ ਪਰਾਲ ਦਾ। ਸੋਚ, ਜੇ ਕਿਸੇ ਦੇ ਖੇਤਾਂ ਦਾ ਧੂੰਆਂ ਤੇਰੇ ਘਰ ਦੇ ਜੀਅ ਨੂੰ ਹਾਨੀ ਪਹੁੰਚਾ ਸਕਦਾ ਤਾਂ ਤੇਰੇ ਖੇਤ ਦਾ ਧੂੰਆਂ ਕਿਸੇ ਦੇ ਘਰੇ ਨਹੀਂ ਜਾਂਦਾ ਹੋਊ। ਠੀਕ ਹੈ ਠੀਕ ਹੈ, ਹੁਣ ਸਮਝ ਗਿਆ ਮੈਂ। ਬੱਚੇ ਬਿਰਧ ਬਿਮਾਰ ਤੜਪਦੇ, ਧੂੰਆਂ ਜਾਨ ਸੁਕਾਏ। ਬੱਚੇ ਬਿਰਧ ਬਿਮਾਰ ਤੜਪਦੇ, ਧੂੰਆਂ ਜਾਨ ਸੁਕਾਏ। ਸਾਹ ਲੈਣਾ ਵੀ ਔਖਾ ਹੋਇਆ, ਬੰਦਾ ਕਿੱਧਰ ਜਾਏ, ਬੰਦਾ ਕਿੱਧਰ ਜਾਏ। ਗੰਦਲੀ ਪੌਣ ਚ ਬਾਲੇਗਾ ਕਿੰਨ, ਗੰਦਲੀ ਪੌਣ ਚ ਬਾਲੇਗਾ ਕਿੰਨ, ਦੀਵੇ ਫਿਰ ਦੀਵਾਲੀ ਨੂੰ, ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ, ਰੋਕ ਲੈ ਤੀਲੀ ਵਾਲੀ ਨੂੰ,
ਮੇਰੀ ਬਾੜੀ ਨੂੰ ਪੌਣਾ ਦੇ ਵਿੱਚ ਜ਼ਹਿਰ ਘੋਲਣਾ ਤੂੰ ਆ ਤੰਦ ਮਿਲੇ ਤੇ ਸੜਕੀ ਕੰਧ ਜਹੀ ਬਣ ਜਾਵੇ ਤੂੰ ਆ ਤੰਦ ਮਿਲੇ ਤੇ ਸੜਕੀ ਕੰਧ ਜਹੀ ਬਣ ਜਾਵੇ ਗੱਡੀਆਂ ਦੇ ਵਿੱਚ ਗੱਡੀਆਂ ਵੱਜਣ ਪਰਦੀ ਮੌਤ ਕਲਾਵੇ ਵੇ ਪਰਦੀ ਮੌਤ ਕਲਾਵੇ ਬੀਟੀ ਗੰਢ ਹਮੇਸ਼ਾ ਪਾਲੇ ਬੀਟੀ ਗੰਢ ਹਮੇਸ਼ਾ ਪਾਲੇ ਗਿਆਨ ਦੀ ਪਾਈ ਵਾਲੀ ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ ਰੋਕ ਲੈ ਤੀਲੀ ਵਾਲੀ ਨੂੰ ਰੋਕ ਲੈ ਤੀਲੀ ਵਾਲੀ ਓ ਪੌਣਾ ਦੇ ਵਿੱਚ ਜ਼ਹਿਰ ਘੋਲਣਾ ਲਾ ਕੇ ਅੱਗ ਪਰਾਲੀ ਪੌਣਾ ਦੇ ਵਿੱਚ ਜ਼ਹਿਰ ਘੋਲਣਾ ਲਾ ਕੇ ਅੱਗ ਪਰਾਲੀ ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ ਰੋਕ ਲੈ ਤੀਲੀ ਵਾਲੀ ਰੋਕ ਲੈ ਤੀਲੀ ਵਾਲੀ ਪੌਣਾ ਦੇ ਵਿੱਚ ਜ਼ਹਿਰ ਘੋਲਣਾ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ